ਤੁਹਾਡੀ ਸਕਰੀਨ 'ਤੇ ਵਿਖ ਰਿਹਾ ਸਫੈਦੇ ਨਾਲ ਬੰਨਿਆ ਹੋਇਆ ਇਹ ਸ਼ਖਸ ਕੋਈ ਹੋਰ ਨਹੀਂ, ਕਾਰ ਸੇਵਾ ਵਾਲਾ ਬਾਬਾ ਹੈ ਜਿਸ ਨੂੰ ਕਿ ਲੋਕਾਂ ਨੇ ਅੱਜ ਸਫੈਦੇ ਨਾਲ ਬੰਨ ਲਿਆ। ਸਵੇਰੇ 8:30 ਦੀ ਗੱਲ ਹੈ, ਪਿੰਡ ਵਿੱਚ ਕੁਝ ਬਾਬੇ ਆਏ ਅਤੇ ਧਾਰਮਿਕ ਜਗ੍ਹਾ ਦਾ ਹਵਾਲਾ ਦੇ ਕੇ ਘਰਾਂ 'ਚੋਂ ਉਗਰਾਹੀ ਕਰਨ ਲੱਗ ਪਏ। ਇਸੇ ਦੌਰਾਨ ਹੀ ਇਹਨਾਂ ਬਾਬਿਆਂ ਤੋਂ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਕਿੱਥੋਂ ਆਏ ਹੋ, ਤਾਂ ਇਹ ਬਾਬੇ ਬਹਿਸਬਾਜ਼ੀ ਕਰਨ ਲੱਗ ਪਏ ਅਤੇ ਉਸ ਬੰਦੇ ਦੇ ਗਲ ਵੀ ਪੈ ਗਏ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹਨਾਂ ਦੇ ਵਿੱਚੋਂ ਇੱਕ ਨੂੰ ਫੜ ਕੇ ਸਫੇਦੇ ਨਾਲ ਬੰਨ ਲਿਆ ਤਾਂ ਬਾਕੀ ਆਪਦੀ ਕਾਰ ਲੈ ਕੇ ਭੱਜ ਗਏ। ਜਿਵੇਂ ਜਿਵੇਂ ਇਕੱਠ ਹੋਇਆ ਤਾਂ ਲੋਕਾਂ ਨੇ ਬੰਨੇ ਹੋਏ ਬਾਬਾ ਜੀ ਨੂੰ ਪਹਿਚਾਣਨਾ ਸ਼ੁਰੂ ਕਰ ਦਿੱਤਾ। ਇਹ ਲੋਕ ਪਿਛਲੇ ਕਈ ਸਮੇਂ ਤੋਂ ਇਸ ਇਲਾਕੇ ਵਿੱਚੋਂ ਉਗਰਾਹੀ ਕਰ ਰਹੇ ਹਨ ਅਤੇ ਗੱਲਾਂ ਵਿੱਚ ਲੈ ਕੇ ਕਈਆਂ ਕੋਲੋਂ ਤਾਂ ਮੋਟੇ ਪੈਸੇ ਵੀ ਲੈ ਗਏ ਹਨ। ਇੱਕ ਜਣ ਮੂੰਹ ਕਰ ਇੱਕ ਬਾਬਾ ਦਾ ਮੂੰਹ ਕਰਾ ਬਾਬਾ ਦਾ ਚਿਹਰਾ ਆਇਆ ਨੂੰ ਕਰਿਓ ਮੇਰਾ ਨਾਮ ਜੀ ਸੁਖਰਾਜ ਸਿੰਘ। ਇਸ ਬੰਦੇ ਨੂੰ ਕਿੰਨੇ ਵਜੇ ਫੜਿਆ ਤੁਸੀਂ ਤੇ ਕਿੰਨੇ ਬੰਦੇ ਸੀਗੇ? ਭਾਜੀ ਇਹ 4-5 ਬੰਦੇ ਸੀਗੇ, ਕੋਇਲ ਸਟਾਰ ਸੀਗੀ ਤੇ ਇਹ ਗੱਲ ਹੈਗੀ ਹੈ ਕੋਈ 8:30 ਦੀ। ਤੇ ਕੀ ਵਾਪਰਿਆ, ਕੀ ਕੀਤਾ ਇਹਨਾਂ ਨੇ? ਹਾਦਸਾ ਇਹ ਵਾਪਰਿਆ ਕਿ ਇਹ ਘਰ ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ, ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਹਾਂ ਤੇ ਸਾਨੂੰ ਇੰਨੇ ਪੈਸੇ ਦੋ ਹਨਾ, ਤੇ ਕਈਆਂ ਨੇ ਦਿੱਤੇ ਵੀ ਹੈਗੇ ਆ, ਕਈਆਂ ਨੇ 100 ਦਿੱਤਾ, ਕਈਆਂ ਨੂੰ ਇਹਨਾਂ ਨੇ 2500 ਮਨਾ ਲਿਆ। ਠੀਕ ਆ, ਇਹ ਵੱਖ ਵੱਖ ਬੰਦੇ ਵੱਖ ਵੱਖ ਘਰਾਂ 'ਚ ਵੜ ਗਏ ਤੇ ਇੱਥੇ ਇਹ ਹੁਣ ਕੋਲੂ ਆ, ਇੱਥੇ ਨਾਲੇ ਕਰਿਆਨਾ ਸਟੋਰ ਆ, ਇਹਨਾਂ ਕੋਲ ਗਏ ਆ, ਉਹਨਾਂ ਨੂੰ ਕਹਿੰਦੇ ਵੀ ਪੈਸੇ ਦਿਓ, ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ? ਕਹਿੰਦੇ ਵੀ ਤੂੰ ਮਾਮਾ ਲੱਗਣਾ, ਤੂੰ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ? ਫਿਰ ਇਹਨਾਂ ਵਿੱਚ ਬਹਿਸਬਾਜ਼ੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਉਹ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ। ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਕ ਹਾੜੀ ਹਰੀਪੁਰ, ਬਾਬਾ ਸ਼ਾਹ ਸਿਕੰਦਰ ਜੀ ਉਹਦੇ ਸਾਹਮਣੇ। ਠੀਕ ਹੈ, ਹੁਣ ਤੁਹਾਡੇ ਕੋਲ ਕਿੰਨੇ ਪੈਸੇ ਦੀ ਗੱਗੀ ਮਾਰੀ ਸੀ ਨਾ? ਸਾਡੇ ਕੋਲ 6 ਮਹੀਨੇ ਪਹਿਲਾਂ ਦੀ ਗੱਲ ਆ, ਮੇਰੇ ਭਰਾ ਕੋਲ 4000 ਤੇ ਇੱਕ ਖੜਿਆ ਤੇ 100 ਰੁਪਇਆ ਇੱਕ ਖੜਿਆ ਸੀ ਤੇ ਹੋਰ ਵੀ ਇੱਥੇ ਸੱਚ ਆਏ ਆ ਜਿਹਨਾਂ ਨੇ ਕਹਿੰਦੇ ਸਾਡਾ ਵੀ ਠੱਗੀਆਂ। ਹਾਂਜੀ ਜੀ ਆਏ ਆ, ਕੋਈ 3500 ਵਾਲਾ ਆਇਆ, ਕੋਈ 2000 ਵਾਲਾ ਆਇਆ। ਹਾਂਜੀ, ਹੁਣ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ? ਇਹਨੂੰ ਕਿਸੇ ਨੇ ਨਹੀਂ ਮਾਰਿਆ, ਸਿਰਫ ਇਹਨੂੰ ਮਾੜਾ ਜਿਹਾ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ, ਤੈਨੂੰ ਸਰਦਾਰ ਬੰਦਾ ਵਾ ਹਨਾ, ਇਹ ਗੱਲ ਗਲਤ ਵਾ। ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ? ਅੰਮ੍ਰਿਤਸਰ ਦੱਸਦਾ ਪਿਆ ਵਾ, ਕੋਈ ਮਹੱਲਾ ਨਹੀਂ ਦੱਸਦਾ ਆਪਣਾ। ਤੇ ਬਾਕੀ ਬੰਦੇ ਭੱਜ ਗਏ? ਹਾਂਜੀ ਭੱਜ ਗਏ। ਗੱਡੀ ਦਾ ਨੰਬਰ ਨੋਟ ਕੀਤਾ ਜੀ? ਭਾਜੀ ਜਲਦਬਾਜ਼ੀ 'ਚ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀ ਕਿ ਅਸੀਂ ਆਵਾਂਗੇ, ਫੋਨ ਤੇ ਗੱਲ ਹੋਈ ਉਹਨਾਂ ਨਾਲ, ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਫੋਨ ਸਵਿਚ ਆਫ ਕਰ ਲਿਆ ਉਹਨਾਂ ਨੇ। ਭਾਜੀ ਕੀ ਨਾਮ ਆਪਣਾ? ਮੇਰਾ ਭਾਜੀ ਕੁਲਜੀਤ ਸਿੰਘ। ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਰਹਿਣਾ? 4000 ਦਾ। 4000 ਰੁਪਿਆ ਲੈ ਕੇ ਗਏ ਸੀ, ਕਦੋਂ ਦੀ ਗੱਲ ਹੈ? ਇਹ 6 ਮਹੀਨੇ ਦੀ ਗੱਲ ਆ ਜੀ। ਹੁਣ ਬੰਦੇ ਅੱਜ ਫੇਰ ਆ ਗਏ ਦੁਬਾਰਾ? ਹਾਂਜੀ। ਇਹਨਾਂ ਦੀ ਪਛਾਣ ਆ ਗਈ ਹੈ ਵੀ ਉਹ ਬੰਦੇ? ਹਾਂਜੀ ਹਾਂਜੀ ਆਹੀ ਹੈ। ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ? ਮੇਰੇ ਸਾਹਮਣੇ ਭਾਜੀ ਇੱਕੋ ਬੰਦਾ ਆ ਜਿਹੜਾ ਫੜਿਆ, ਤੇ ਬਾਕੀ ਦੇ ਦੌੜ ਗਏ ਸਾਰੇ ਹੀ।
ਗੱਡੀ ਵੀ ਦੱਸਦੇ ਸੀ ਉਹਨਾਂ ਕੋਲ? ਹਾਂਜੀ ਕੁਆਲਸ ਕੁਆਲਸ ਗੱਡੀ ਸੀ। ਹਾਂਜੀ ਹੋਰ ਭੱਜ ਗਏ ਉਹ? ਉਹ ਭੱਜ ਗਏ ਆ। ਤੇ ਹੁਣ ਕੋਈ ਥਾਣੇ ਇਤਲਾਹ ਕੀਤੀ ਆ ਪੁਲਿਸ ਆ ਰਹੀ? ਹਾਂਜੀ ਹਾਂਜੀ ਕੀਤੀ ਆ। ਆ ਰਹੀ ਆ ਪੁਲਿਸ? ਹਾਂਜੀ ਹਾਂਜੀ ਆ ਰਹੀ ਆ।